ਗੁਰਦੁਆਰਾ ਸਹਿਬਾਨ ਜਾਂ ਹੋਰ ਥਾਵਾਂ ਤੇ ਹੋਈ ਪ੍ਰਾਤਨ ਮੀਨਾਕਾਰੀ ਅੱਜ ਦੇ ਯੁੱਗ ਵਿੱਚ ਤਕਰੀਬਨ ਅਲੋਪ ਹੁੰਦੀ ਜਾ ਰਹੀ ਹੈ, ਪਰ ਪਿਛਲੀਆਂ ਕਈ ਪੀੜ੍ਹੀਆਂ ਤੋਂ ਇਸ ਕੰਮ ਵਿੱਚ ਲੱਗੇ ਹੋਏ ਪਰਿਵਾਰਾਂ ਨੇ ਅੱਜ ਵੀ ਇਸ ਕਲਾ ਨੂੰ ਜਿੰਦਾ ਰੱਖਿਆ ਹੋਇਆ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਪਿਛਲੇ ਕਈ ਵਰ੍ਹਿਆਂ ਤੋਂ ਮੀਨਾਕਾਰੀ ਕਰ ਰਹੇ ਕਾਰੀਗਰ ਨਾ ਸਿਰਫ ਭਾਰਤ ਦੇ ਵੱਖ ਵੱਖ ਗੁਰਦੁਆਰਿਆਂ ਦੀ ਮੀਨਾਕਾਰੀ ਕਰ ਚੁੱਕੇ ਹਨ, ਸਗੋਂ ਪਾਕਿਸਤਾਨ ਸਥਿਤ ਸ੍ਰੀ ਨਨਕਾਣਾ ਸਾਹਿਬ ਅਤੇ ਗੁਰਦੁਆਰਾ ਚੂਨਾ ਮੰਡੀ ਸਾਹਿਬ ਦੀ ਮੀਨਾਕਾਰੀ ਵੀ ਕਰ ਚੁੱਕੇ ਹਨ। ਸ੍ਰੀ ਅਕਾਲ ਤਖਤ ਸਾਹਿਬ ਤੇ ਇਤਿਹਾਸਕ ਨਕਾਸ਼ੀ ਅਤੇ ਮੀਨਾਕਾਰੀ ਵਿੱਚ ਜੁਟੇ ਇਹ ਕਾਰੀਗਰ ਪੁਸ਼ਤੈਨੀ ਕਾਰੀਗਰ ਹਨ। ਇਹਨਾਂ ਦੇ ਦਾਦਾ, ਪਿਤਾ ਅਤੇ ਹੁਣ ਇਹ ਲੋਕ ਵੀ ਇਸੇ ਕੰਮ ਵਿੱਚ ਜੁਟੇ ਹੋਏ ਹਨ। ਕਾਰੀਗਰ ਹਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਇਸ ਕੰਮ ਵਿੱਚ ਲੱਗੇ ਹੋਏ ਹਨ। ਇਸ ਤੋਂ ਪਹਿਲਾਂ ਉਹਨਾਂ ਦੇ ਪਿਤਾ ਜੀ ਅਤੇ ਦਾਦਾ ਜੀ ਵੀ ਇਹੀ ਕੰਮ ਕਰਿਆ ਕਰਦੇ ਸਨ। ਹਰਵਿੰਦਰ ਸਿੰਘ ਮੁਤਾਬਕ ਉਹ ਖੁਦ ਕਾਫ਼ੀ ਛੋਟੀ ਉਮਰ ਤੋਂ ਹੀ ਇਸ ਕੰਮ ਵਿੱਚ ਲੱਗੇ ਹੋਏ ਹਨ। ਉਹ 1992 ਵਿੱਚ ਆਪਣੇ ਪਿਤਾ ਨਾਲ ਪਹਿਲੀ ਵਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਨਿਕਾਸ਼ੀ ਅਤੇ ਮੀਨਾਕਾਰੀ ਕਰਨ ਲਈ ਆਏ ਸਨ। ਇਸ ਤੋਂ ਬਾਅਦ ਉਹ ਪਾਕਿਸਤਾਨ ਸਥਿਤ ਗੁਰਦੁਆਰਾ ਨਨਕਾਣਾ ਸਾਹਿਬ ਅਤੇ ਚੂਨਾ ਮੰਡੀ ਸਾਹਿਬ ਦੀ ਨਿਕਾਸ਼ੀ ਦਾ ਕੰਮ ਕਰ ਚੁੱਕੇ ਹਨ। ਮੇਰਾ ਨਾਮ ਜੀ ਹਰਵਿੰਦਰ ਸਿੰਘ, ਸੇਵਾ ਜੀ ਇਹ ਸਾਡੇ ਸ਼ੁਰੂ ਤੋਂ ਹੀ ਵਿਰਾਸਤ 'ਚ ਹੀ ਆ। ਸਾਡੇ ਵੱਡਿਆਂ ਦੇ ਵੱਡ ਵਡੇਰੇ ਤੋਂ ਹਰਿਮੰਦਰ ਸਾਹਿਬ ਦੇ ਅੰਦਰ ਅਕਾਲ ਤਖਤ ਸਾਹਿਬ, ਬਾਬਾ ਅਟਲ ਰਾਏ ਸਾਹਿਬ, ਗੁਰਦੁਆਰਾ ਬਾਬਾ ਦੀਪ ਸਿੰਘ ਸ਼ਹੀਦ, ਅਤੇ ਹੋਰ ਵੀ ਕਈ ਸੇਵਾਵਾਂ ਗੁਰਦੁਆਰਿਆਂ ਚੱਲਦੀਆਂ ਪਈਆਂ ਨੇ, ਕਰਦੇ ਪਏ ਆ। ਪਾਕਿਸਤਾਨ ਨਨਕਾਣਾ ਸਾਹਿਬ ਅਤੇ ਚੂਨਾ ਮੰਡੀ ਲਾਹੌਰ ਗੁਰੂ ਰਾਮਦਾਸ ਜੀ ਦਾ ਜਨਮ ਅਸਥਾਨ, ਇਸ ਵੇਲੇ ਸਿੰਘ ਸੁਹਾਣਾ ਮੁਹਾਲੀ ਅਤੇ ਨਕੋਦਰ, ਅਸੀਂ ਕਾਫੀ ਜਗ੍ਹਾ 'ਤੇ ਸੇਵਾ ਕਰਦੇ ਪਏ, ਚੱਲਦੀ ਪਈ ਸਾਡੀ। ਮੈਨੂੰ ਸੇਵਾ ਕਰਦੇ ਨੂੰ ਘੱਟੋ ਘੱਟ ਵੀ ਕੰਮ ਕਰਦੇ ਨੂੰ ਸਾਨੂੰ 1983-84 ਵਿੱਚ ਮੈਂ ਆਪਣੇ ਫਾਦਰ ਸਾਹਿਬ ਨਾਲ, ਹਰਭਜਨ ਸਿੰਘ ਨਾਲ ਜੁਆਇਨ ਹੋਇਆ ਸਾਂ। ਡਰਾਇੰਗ ਨਹੀਂ ਸਿੱਖਣਾ ਚਾਲੂ ਕੀਤੀ, ਫਿਰ ਹੌਲੀ 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 ਕੰਮ ਕਰਨਾ ਚਾਲੂ ਕੀਤਾ ਫਿਰ, ਅਤੇ ਹੁਣ ਪੂਰਾ ਕੰਮ ਕਰਦੇ ਪਿਆ ਪੂਰਾ ਨਾਲ। ਤੀਜੀ ਪੀੜ੍ਹੀ ਸਾਡੀ ਤੋਂ ਚੌਥੀ ਪੀੜ੍ਹੀ ਆ ਗਈ ਸਾਡੀ ਜਦ ਕੰਮ ਕਰਦੀ ਵੀ ਸਾਡੀ ਚੌਥੀ ਪੀੜ੍ਹੀ ਹੁੰਦੀ। ਆਮ ਕਲਾ 'ਚ ਅਤੇ ਇਹ ਕਲਾ 'ਚ ਬਹੁਤ ਜ਼ਿਆਦਾ ਫਰਕ ਹੈ, ਜ਼ਮੀਨ ਅਸਮਾਨ ਦਾ ਫਰਕ ਹੈ। ਇਹ ਕਲਾ ਜੇ ਪੁਰਾਤਨ ਜਿਵੇਂ ਹਰਿਮੰਦਰ ਸਾਹਿਬ ਦਾ ਪੁਰਾਤਨ ਕੰਮ ਹੋਇਆ, ਸੇਮ ਉਹੋ ਹੀ ਕੰਮ ਚੱਲਦਾ, ਉਹੋ ਹੀ ਕਲਰ ਆ, ਉਹੋ ਚੀਜ਼ਾਂ ਵਰਤੀਆਂ ਜਾਂਦੀਆਂ ਜਿਹੜੇ ਪਹਿਲਾਂ ਪੁਰਾਤਨ ਵਰਤੀਆਂ ਦੇ ਸੀ। ਬਿਲਕੁਲ ਇਹ 'ਚ ਨਵਾਂ ਕੰਮ ਕੋਈ ਨਹੀਂ ਹੈਗਾ। ਜਿਸ ਤਰ੍ਹਾਂ ਪਹਿਲਾਂ ਕਲਰ ਸੀ ਜੂਸ ਹੁੰਦੇ ਆ, ਉਹੋ ਹੀ ਕਲਰ ਜੂਸ ਹੁੰਦੇ ਪਏ ਨੇ। ਹੋਰ ਅੱਜ ਕੱਲ੍ਹ ਕਈ ਜਗ੍ਹਾ 'ਤੇ ਸਟਿੱਕਰ ਕੱਢ ਕੇ ਲਾਈ ਜਾਂਦੇ ਨੇ ਜਾਂ ਫਰਮੇ ਦਾ ਕੰਮ ਕਰੀ ਜਾਂਦੇ ਨੇ। ਇਹ ਫਰਮੇ ਦਾ ਨਹੀਂ, ਬਾਈ ਹੈਂਡ ਕੰਮ ਆ। ਇਹਨੂੰ 15x16 ਸ਼ਬਦ ਨੂੰ ਘੱਟੋ ਘੱਟ ਘੱਟੋ ਘੱਟ ਹੀ 6-7 ਮਹੀਨੇ 7-8 ਜਣਿਆਂ ਦੇ ਲੱਗ ਜਾਂਦੇ ਨੇ। ਮੈਂ ਬਾਈ ਹੈਂਡ ਕੰਮ ਹੁੰਦਾ, ਬਾਈ ਹੈਂਡ ਵਰਕ ਹੁੰਦਾ ਕੰਮ। ਇਹ ਰੰਗ ਜਿਹੜੇ ਕਲਰ ਜਿਹੜੇ ਨੇ, ਕੁਝ ਸੁੱਕੇ ਕਲਰ ਹੁੰਦੇ ਨੇ ਅਤੇ ਕੁਝ ਇਨੈਮਲ ਹੈਗੇ ਨੇ। ਇਹ ਸ਼ੇਡਾਂ ਸਾਰੀ ਆਪ ਤਿਆਰ ਕਰੀਦੀਆਂ, ਇੱਥੇ ਆਪ ਤਿਆਰ ਕਰੀਦੀਆਂ, ਕੋਈ ਤਿਆਰ ਰੰਗ ਨਹੀਂ ਮਿਲਦਾ, ਰੰਗ ਆਪ ਤਿਆਰ ਕਰੀਦੀ ਸਾਰਾ ਹੀ। ਅਤੇ ਸੁਨਹਿਰੀ ਜਿਹੜਾ ਗੋਲਡ ਸੋਨਾ, ਪਿਓਰ 24 ਕੈਰਟ ਸੋਨਾ, ਇਹ ਸੋਨੇ ਦੇ ਵਰਕ ਲੱਗਦੇ ਨੇ। ਨਹੀਂ, ਰਿਪੇਅਰ ਦੇ ਕੰਮ 'ਚ ਥੋੜ੍ਹਾ ਜਿਹਾ ਫਰਕ ਪੈਂਦਾ, ਡਿਫੈਕਟ ਪੈਂਦਾ, ਮਤਲਬ ਵੀ ਰਿਪੇਅਰ ਦੇ ਕੰਮ ਨੂੰ ਥੋੜ੍ਹਾ ਟਾਈਮ ਲੱਗਦਾ, ਨਵੇਂ ਕੰਮ ਨੂੰ ਥੋੜ੍ਹਾ ਜਿਹਾ ਹੋਰ ਫਰਕ ਪੈਂਦਾ। ਰਿਪੇਅਰ ਦਾ ਕੰਮ ਜਿਹੜਾ ਹੁੰਦਾ ਉਹ ਸਭ ਤੋਂ ਜ਼ਿਆਦਾ ਕਲਰ ਦੇ ਨਾਲ ਮੈਚਿੰਗ ਕਰਨੇ, ਪੁਰਾਣੇ ਕਲਰ ਹੋ ਜਾਂਦੇ ਨੇ ਉਹਨਾਂ ਨਾਲ ਮੈਚਿੰਗ ਕਰਕੇ ਰੰਗ ਲਾਉਣੇ ਹੁੰਦੇ, ਉਹ ਇਸ ਚੀਜ਼ ਨੂੰ ਜ਼ਿਆਦਾ ਥੋੜ੍ਹਾ ਟਾਈਮ ਵਰਕ ਪੈਂਦਾ, ਟਾਈਮ ਪੈਂਦਾ ਥੋੜ੍ਹਾ ਜਿਹਾ ਪੁਰਾਣੇ ਕਲਰ ਨਾਲ ਜੋੜ ਕੇ ਮਿਲਣਾ, ਕਈ ਕਰਨਾ ਕੰਮ ਕਰਨਾ, ਇਹ ਫਰਕ ਪੈਂਦਾ। ਕਾਰੀਗਰ ਹਰਵਿੰਦਰ ਸਿੰਘ ਮੁਤਾਬਕ ਇਹ ਕੰਮ ਬਹੁਤ ਹੀ ਮਿਹਨਤ ਭਰਿਆ ਹੈ। ਮੀਨਾਕਾਰੀ ਅਤੇ ਨਿਕਾਸ਼ੀ ਕਰਨ ਲਈ ਰੰਗ ਲਾਉਣ ਲਈ ਪੁਰਾਣੀ ਵਿਧੀ ਹੀ ਵਰਤੀ ਜਾਂਦੀ ਹੈ, ਕਿਉਂਕਿ ਇਸ ਵਿੱਚ ਨਵੀਂ ਵਿਧੀ ਨਾਲ ਕਾਰੀਗਰੀ ਨਹੀਂ ਹੋ ਸਕਦੀ। ਇਸ ਤੋਂ ਇਲਾਵਾ ਪੁਰਾਣੇ ਰੰਗਾਂ ਨਾਲ ਮਿਲਾਨ ਕਰਨਾ ਕਾਫ਼ੀ ਮੁਸ਼ਕਲ ਹੋ ਜਾਂਦਾ ਹੈ। ਉਹਨਾਂ ਮੁਤਾਬਕ ਸ੍ਰੀ ਅਕਾਲ ਤਖਤ ਸਾਹਿਬ ਦੀ ਨਿਕਾਸ਼ੀ ਦਾ ਕੰਮ ਬਹੁਤ ਹੀ ਬਰੀਕ ਹੈ। ਇਸ ਨੂੰ ਕਰਨ ਤੋਂ ਪਹਿਲਾਂ ਇਸ ਦੀ ਪ੍ਰਾਤਨਤਾ ਨੂੰ ਬਰਕਰਾਰ ਰੱਖਣ ਲਈ ਰੰਗਾਂ ਦਾ ਮੇਲ ਕਰਨਾ ਪੈਂਦਾ ਹੈ ਅਤੇ ਫਿਰ ਇਸ ਤੋਂ ਬਾਅਦ ਇਸ 'ਤੇ 24 ਕੈਰਟ ਸੋਨੇ ਦਾ ਪਤਰਾ ਚੜਾਇਆ ਜਾਂਦਾ ਹੈ। ਹਰਵਿੰਦਰ ਸਿੰਘ ਮੁਤਾਬਕ ਮਿਹਨਤ ਭਰੇ ਇਸ ਕੰਮ ਨੂੰ ਕਰਨ ਲਈ ਨਵੀਂ ਪੀੜ੍ਹੀ ਅੱਗੇ ਨਹੀਂ ਆ ਰਹੀ। ਇੰਨਾ ਹੀ ਨਹੀਂ, ਪਹਿਲਾਂ ਤਾਂ ਇਹ ਕੰਮ ਸਿੱਖਣ ਲਈ ਕੋਈ ਵੀ ਤਿਆਰ ਨਹੀਂ ਹੁੰਦਾ। ਜੇ ਕੋਈ ਭੁੱਲਿਆ ਭਟਕਿਆ ਸਿੱਖਣ ਲਈ ਆ ਹੀ ਜਾਵੇ ਤਾਂ ਉਸ ਦੀਆਂ ਮੰਗਾਂ ਬੜੀਆਂ ਹੁੰਦੀਆਂ ਹਨ, ਜਿਸ ਕਰਕੇ ਕਾਰੀਗਰ ਬਹੁਤ ਘੱਟ ਮਿਲ ਰਹੇ ਹਨ। ਉਹਨਾਂ ਮੁਤਾਬਕ ਜੇ ਇਹ ਕਿਹਾ ਜਾਵੇ ਨਿਕਾਸ਼ੀ ਅਤੇ ਮੀਨਾਕਾਰੀ ਸਿਰਫ ਕੁਝ ਕੁ ਪਰਿਵਾਰਾਂ ਤੱਕ ਸਿਮਟ ਕੇ ਰਹਿ ਗਈ ਹੈ ਤਾਂ ਇਹ ਗਲਤ ਨਹੀਂ ਹੋਵੇਗਾ। ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਸੰਸਥਾਵਾਂ ਅੱਗੇ ਆਉਣ ਤਾਂ ਇਸ ਕਲਾ ਨੂੰ ਬਚਾਇਆ ਜਾ ਸਕਦਾ ਹੈ। ਇਸ ਵੇਲੇ ਅਕਾਲ ਤਖਤ ਸਾਹਿਬ ਤੋਂ ਸ਼ੁਰੂ 2000 ਤੋਂ ਹੀ ਚੱਲਦਾ ਰਿਹਾ, 1992 ਤੋਂ ਪਹਿਲਾਂ ਚੱਲਦਾ ਸੀ, ਫਿਰ 2000 ਤੋਂ ਬਾਬਾ ਜਗਤਾਰ ਸਿੰਘ ਜੀ ਵਾਂਗੂ ਚੱਲਦਾ ਪਿਆ, ਠੀਕ ਹੈ ਜੀ। ਇਹ ਜਗ੍ਹਾ ਚੱਲਦਾ ਪਿਆ, ਅਤੇ ਹੁਣ ਸਾਡਾ ਇਹ ਸੁਹਾਣਾ ਸਾਹਿਬ ਚੱਲਦਾ, ਸਿੰਘ ਸੁਹਾਣਾ ਮੁਹਾਲੀ, ਅਤੇ ਪਾਕਿਸਤਾਨ ਵੀ ਅਜੇ ਚੂਨਾ ਮੰਡੀ ਲਾਹੌਰ ਕਰਕੇ ਆਏ ਹੋਏ ਹਾਂ। ਨਕੋਦਰ ਵੀ ਚੱਲਦਾ ਪਿਆ ਜੀ, ਨਕੋਦਰ ਵੀ ਬਾਬਾ ਮੁਰਾਦ ਸ਼ਾਹ 'ਤੇ,
हाँ जी उत्थे सोना सोना ला के आए हैं वो ही कम चलता थोड़ा कम रुकया वो फिर चालू कर लगे फिर दोबारा मेले लगा दी। हाँ जी ये कला गुप्त हो ही है ना, लोग अजक आते रातों रात अं तरक्की करिए रातों रात पैसा कमाइए, इस वास्ते ना कोई श्रोमणी कमेटी ध्यान दे रही है ना कोई संस्था ध्यान दे रही है, कोई संस्था अगे आए श्रोमणी कमेटी अगे आए नवे बच्चों मौका दे पैसे चंगे पैसे दे गांह बच्चे प्रफुल्लित हो गए कम सीख तो फिर बच्चे बचा होएगा कम बचा रहेगा तो कम होएगा गांह कम सामभ्या रहेगा, नहीं तो कम तो खत्म हो जाए गांह का कम क्योंकि अजक आ नहीं रहा कोई कम सीखने वास्तव नहीं कोई आ रहा, पहले आते दसो किन्ने पैसे देंगे फिर कम सीखने वास्तव आते ठीक है बाबा जी वालों बहुत ही सेवा मिली जाती है अपना दाल फुलका रमाना सा ईमानदारी काम चली जाता बहुत सोना कम चलता पा ठीक महाराज मेहर आ किसी गल दाल फुलका अच्छा महंगाई चली जाए बड़ी भाजी है जिन्ना चली जाए।